बीजेपी सरकार है जिहड़ी, ठीक है, वह लगातार दंगे कराने की कोशिश कर रही है। तो असी हाँ जिहड़े लोग, असी ये चाहते हैं भी पंजाब दे विच जिहड़ा माहौल आ प्यार भरिया बनिया रहे। कि असी अज अपने सिख ते हिंदू भरावां नूं इस ईद के त्यौहार ते इनवाइट किया भी ये एक समाज दे विच एक खूबसूरत मैसेज जा सके। ਸਤਿਕਾਲ ਜੀ, ਜਿੱਦਾਂ ਆਪਾਂ ਦੇਖ ਸਕਦੇ ਕਿ ਅੱਜ ਈਦ ਜਿਹੜਾ ਮਨਾਇਆ, ਈਦ ਦਾ ਤਿਉਹਾਰ ਮਨਾਇਆ ਜਾ ਰਿਹਾ, ਇਸ ਸੰਬੰਧੀ ਜਿਹੜਾ ਆਪਾਂ ਦੱਸਣਾ ਚਾਹੁੰਦੇ ਕਿ ਇੱਥੇ ਜ਼ੀਰਕਪੁਰ ਦੇ ਜਿਹੜੇ ਹੈਗੇ ਆ ਵਸਨੀਕ ਹੈਗੇ ਆ ਮੁਸਲਿਮ ਭਾਈਚਾਰਾ ਹੈਗਾ ਨਾ, ਉਹ ਇੱਕ ਬਹੁਤ ਅੱਛਾ ਸੰਦੇਸ਼ ਦਿੱਤਾ ਜਾ ਰਿਹਾ ਹੈਗਾ ਕਿ ਜਿੱਦਾਂ ਇੱਕ ਪਾਸੇ ਆਪਾਂ ਦੇਖ ਸਕਦੇ ਕਿ ਹਿੰਦੂ ਸਿੱਖ ਮੁਸਲਿਮ ਦੇ ਵਿੱਚ ਲੜਾਈ ਪਾਈ ਜਾ ਰਹੀ ਹੈ, ਇੱਕ ਮਸਲਾ ਖੜਾ ਕੀਤਾ ਜਾ ਰਿਹਾ, ਉੱਥੇ ਇਹਨਾਂ ਵੱਲੋਂ ਇੱਕ ਬਹੁਤ ਅੱਛਾ ਸੰਦੇਸ਼ ਦਿੱਤਾ ਜਾ ਰਿਹਾ ਕਿ ਹਿੰਦੂ ਸਿੱਖ ਭਾਈਚਾਰੇ ਵੱਲੋਂ ਜਿਹੜਾ ਇੱਥੇ ਰਲ ਕੇ ਜਿਹੜਾ ਹੈਗਾ ਹਿੰਦੂ ਸਿੱਖ ਮੁਸਲਿਮ ਭਾਈਚਾਰੇ ਵੱਲੋਂ ਰਲ ਕੇ ਜਿਹੜੀ ਹੈਗੀ ਈਦ ਮਨਾਈ ਜਾ ਰਹੀ ਹੈਗੀ ਆ। ਆਪਾਂ ਦੇਖ ਸਕਦੇ ਹਾਂ ਕਿ ਇੱਕ ਦੂਜੇ ਨੂੰ ਗਲੇ ਮਿਲ ਕੇ ਜਿਹੜਾ ਹੈਗਾ ਈਦ ਮਨਾਈ ਜਾ ਰਹੀ ਹੈਗੀ ਆ, ਇੱਕ ਬਹੁਤ ਅੱਛਾ ਸੰਦੇਸ਼ ਦੇਣ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਔਰ ਇਹ ਵੀ ਦੱਸਣਯੋਗ ਹੈ ਕਿ ਇੱਥੇ ਜਿਹੜੇ ਮੋਹਤਵਾਰ ਬੰਦੇ ਸੀਗੇ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਕਿ ਬਹੁਤ ਅੱਛਾ ਜਿਹੜਾ ਸਹਿਯੋਗ ਰਿਹਾ ਹੈਗਾ, ਇਹਨਾਂ ਦਾ ਇੱਕ ਭਾਈਚਾਰੇ ਦਾ ਪ੍ਰਤੀਕ ਰਹੇ ਉਸ ਟਾਈਮ, ਬਹੁਤ ਅੱਛਾ ਜਿਹੜਾ ਇੱਕ ਸੀਗਾ, ਇੱਕ ਮੈਸੇਜ ਸੀਗਾ ਜਿਹੜਾ ਉਹ ਇਹਨਾਂ ਵੱਲੋਂ ਉਸ ਸਮੇਂ ਵੀ ਦਿੱਤਾ ਗਿਆ ਸੀਗਾ ਕਿ ਹਿੰਦੂ ਸਿੱਖ ਭਾਈਚਾਰਾ, ਹਿੰਦੂ ਮੁਸਲਿਮ ਭਾਈਚਾਰਾ ਜਿਹੜਾ ਸੀਗਾ ਉਸ ਦਾ ਇੱਕ ਸਬੂਤ ਦਿੱਤਾ ਗਿਆ ਸੀਗਾ ਕਿ ਆਪਸ ਦੇ ਵਿੱਚ ਰਲ ਮਿਲ ਕੇ ਜਿਹੜਾ ਸੰਘਰਸ਼ ਜਿੱਤਿਆ ਸੀਗਾ। ਜਿੱਦਾਂ ਕਿ ਕੁਛ ਦਿਨ ਪਹਿਲਾਂ ਆਪਾਂ ਦੇਖ ਸਕਦੇ ਕਿ ਪਟਿਆਲੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਹਦੇ ਵਿੱਚ ਹਿੰਦੂ ਸਿੱਖ ਵਿਵਾਦ ਜਿਹੜਾ ਸਾਹਮਣੇ ਆਇਆ ਸੀ, ਪਰ ਜੇਕਰ ਇੱਦਾਂ ਦੇ ਉਪਰਾਲੇ ਹੁੰਦੇ ਰਹਿਣ, ਇੱਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਰਹਿਣ, ਇੱਦਾਂ ਦਾ ਭਾਈਚਾਰਾ ਜੇ ਬਣਿਆ ਰਹੇ ਤਾਂ ਲੜਾਈ ਦੇ ਮੇਰੇ ਖਿਆਲ ਦੇ ਨਾਲ ਕੋਈ ਚਾਂਸ ਨਹੀਂ ਰਹਿੰਦੇ। ਇੱਕ ਬਹੁਤ ਅੱਛਾ ਸੰਦੇਸ਼ ਹੈਗਾ ਹਿੰਦੂ ਸਿੱਖ ਭਾਈਚਾਰੇ ਦਾ, ਮੁਸਲਿਮ ਭਾਈਚਾਰੇ ਦਾ। ਈਦ ਮਨਾਈ ਜਾ ਰਹੀ ਇੱਕ ਰਲ ਮਿਲ ਕੇ, ਜਿਹੜੀ ਇੱਕ ਈਦ ਮਨਾਈ ਹੈ, ਬਹੁਤ ਅੱਛਾ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਪਬਲਿਕ ਨੂੰ, ਆਮ ਜਨਤਾ ਨੂੰ, ਕਿ ਜਿਹੜਾ ਲੜਾਈ ਝਗੜੇ ਤੋਂ ਦੂਰ ਜਿਹੜਾ ਇੱਕ ਭਾਈਚਾਰਕ ਜਿਹੜੀ ਸਾਂਝ ਹੁੰਦੀ ਆ ਉਸ ਦਾ ਇੱਕ ਬਹੁਤ ਅੱਛਾ ਮਾਇਨੇ ਹੁੰਦਾ, ਇੱਕ ਬਹੁਤ ਅੱਛਾ ਜਿਹੜਾ ਉਪਰਾਲਾ ਹੁੰਦਾ ਹੈਗਾ। ਇਹ ਦੇਖਣ ਵਾਲੀ ਗੱਲ ਹੈ ਕਿ ਇੱਥੇ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ ਪਹੁੰਚਣ ਦੇ ਵਿੱਚ, ਪਰ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜਾ ਹਿੰਦੂ ਸਿੱਖ ਮੁਸਲਿਮ ਭਾਈਚਾਰਾ ਜਿਹੜਾ ਇਕੱਠਾ ਸੀ ਔਰ ਆਪਸ ਦੇ ਵਿੱਚ ਜਿਹੜੀ ਗਲੇ ਮਿਲ ਕੇ ਜਿਹੜੀ ਈਦ, ਜਿਹਨੂੰ ਮਿੱਠੀ ਈਦ ਅੱਜ ਦੀ ਕਹਿੰਦੇ, ਮਿੱਠੀ ਈਦ ਮਨਾਈ ਜਾ ਰਹੀ ਹੈਗੀ ਆ। ਕਿੱਦਾਂ ਅੱਜ ਈਦ ਦਾ ਤਿਉਹਾਰ ਕਿੱਦਾਂ ਮਨਾਇਆ ਜਾ ਰਿਹਾ? ਹਾਂਜੀ ਹਾਂਜੀ, ਇਹ ਈਦ ਉਲ ਫਿਤਰ ਦਾ ਤਿਉਹਾਰ ਹੁੰਦਾ ਜੀ। 30 ਦਿਨ ਮਤਲਬ ਰੋਜ਼ੇ ਰੱਖਣੇ ਹੁੰਦੇ ਆ ਸਾਰੇ ਮੁਸਲਮਾਨ ਭਾਈਚਾਰੇ ਨੇ। ਰੋਜ਼ੇ ਰੱਖਣ ਤੋਂ ਬਾਅਦ ਫਿਰ ਅੱਜ ਈਦ ਉਲ ਫਿਤਰ ਦਾ ਇਹ ਤਿਉਹਾਰ ਸਭ ਨਾਲ ਸਾਂਝਾ ਮਨਾਇਆ ਜਾਂਦਾ। ਅਤੇ ਅੱਜ ਆਪਣੇ ਸਿੱਖ ਅਤੇ ਹਿੰਦੂ ਭਰਾਵਾਂ ਨੂੰ ਸਾਡਾ ਬੁਲਾਉਣ ਦਾ ਮੇਨ ਮਕਸਦ ਇਹ ਆ ਵੀ ਜਿੱਦਾਂ ਅਸੀਂ ਦੇਖ ਰਹੇ ਹਾਂ ਫਿਲਹਾਲ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਹੈ ਜਿਹੜੀ, ਠੀਕ ਹੈ, ਉਹ ਲਗਾਤਾਰ ਦੰਗੇ ਕਰਾਉਣ ਦੀ ਕੋਸ਼ਿਸ਼ ਕਰ ਰਹੀ ਆ। ਅਤੇ ਅਸੀਂ ਹਾਂ ਜਿਹੜੇ ਲੋਕ, ਅਸੀਂ ਇਹ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ ਪਿਆਰ ਭਰਿਆ ਬਣਿਆ ਰਹੇ ਅਤੇ ਬਿਲਕੁਲ ਵੀ ਇਹ ਦੰਗੇ ਫਸਾਦ ਨਾ ਹੋਣ, ਕਿਉਂਕਿ ਅਸੀਂ ਉਹ ਲੋਕ ਆ ਪੰਜਾਬ ਦੇ, ਠੀਕ ਹੈ ਜੀ, ਅਲੱਗ ਅਲੱਗ ਧਰਮਾਂ ਦੇ ਵੀ, ਜਿਹੜੇ ਚਾਹੁੰਦੇ ਆ ਵੀ ਅਸੀਂ ਇੱਕ ਹੋ ਕੇ ਰਹੀਏ। ਅਸੀਂ ਇਹ ਚਾਹੁੰਦੇ ਨਹੀਂ ਵੀ ਸਾਡੇ ਆਪਸੀ ਵੀ ਮਨ ਮਟਾਵ ਆਉਣ, ਕਿਉਂਕਿ ਸਾਨੂੰ ਸ਼ੁਰੂ ਤੋਂ ਹੀ ਪਤਾ ਹਰੇਕ ਬੱਚੇ ਨੂੰ ਆ, ਬਜ਼ੁਰਗ ਨੂੰ ਵੀ, ਇਹ ਪੋਲੀਟੀਕਲ ਬੰਦੇ ਆ ਜਿਹੜੇ ਇਹ ਆਪਣੀਆਂ ਕੁਰਸੀਆਂ ਪੱਕੀਆਂ ਮਜ਼ਬੂਤ ਕਰਨ ਦੇ ਲਈ ਵੋਟਾਂ ਵਾਸਤੇ ਇਹ ਸਾਨੂੰ ਬਟਵਾਰਾ ਕਰਦੇ ਹਾਂ, ਪਰ ਅਸੀਂ ਫਿਰ ਇਹਨਾਂ ਦੀ ਗੱਲਾਂ ਦੇ ਵਿੱਚ ਆ ਜਾਂਦੇ ਹਾਂ। ਤਾਂ ਕਰਕੇ ਅਸੀਂ ਅੱਜ ਆਪਣੇ ਸਿੱਖ ਅਤੇ ਹਿੰਦੂ ਭਰਾਵਾਂ ਨੂੰ ਇਸ ਈਦ ਦੇ ਤਿਉਹਾਰ 'ਤੇ ਇਨਵਾਈਟ ਕੀਤਾ ਵੀ ਇਹ ਇੱਕ ਸਮਾਜ ਦੇ ਵਿੱਚ ਇੱਕ ਖੂਬਸੂਰਤ ਮੈਸੇਜ ਜਾ ਸਕੇ ਵੀ ਅਸੀਂ ਉਹ ਲੋਕ ਹਾਂ ਵੀ ਜਿਹੜੇ ਅਸੀਂ ਪਿਆਰ ਨਾਲ ਰਹਿਣਾ ਚਾਹੁੰਦੇ ਹਾਂ ਅਤੇ ਪੰਜਾਬ ਦੇ ਮਾਹੌਲ ਨੂੰ ਜਿਹੜੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਉਹਨਾਂ ਨੂੰ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਇਸ ਤਰ੍ਹਾਂ ਦੇ ਮਾਹੌਲ ਖਰਾਬ ਕਰਨ ਦੀ ਬਿਲਕੁਲ ਕੋਸ਼ਿਸ਼ ਨਾ ਕਰੋ, ਤੁਹਾਡੇ ਮਨਸੂਬੇ ਬਿਲਕੁਲ ਨਹੀਂ ਚੱਲਣ। ਮੈਂ ਤਾਂ ਸਭ ਤੋਂ ਪਹਿਲਾਂ ਮੁਸਲਿਮ ਭਾਈ ਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ ਜੀ, ਅਤੇ ਸਾਰੇ ਰਲ ਮਿਲ ਕੇ ਇਕੱਠੇ ਰਹਿਣ। ਉਹ ਸਾਹਮਣੇ ਪਹਿਲਾਂ ਦਸੀ ਤਾਂ ਬਤਾ ਵਾਲੇ ਵੀ ਕਿਸ ਤਰ੍ਹਾਂ ਦਾ ਦੰਗੇ ਕਰਾ ਰਹੇ। ਸਾਨੂੰ 84 ਦੇ ਵਿੱਚ ਕਾਂਗਰਸ ਨੇ ਕਰਾਏ ਸੀ ਜਦੋਂ ਇੰਦਰਾ ਗਾਂਧੀ ਮਰੀ ਆ, ਉਸ ਟਾਈਮ ਮੈਂ ਪਟਨੇ ਘਿਰਿਆ ਹੋਇਆ ਸੀਗਾ, ਉੱਥੇ ਇਸ ਟਾਈਮ ਜੋ ਬੁਰਾ ਹਾਲ ਕੀਤਾ ਉਸੇ ਹੁਣ ਇਹਨਾਂ ਨੇ ਪਟਿਆਲੇ ਕਰਤਾ BJP ਸਰਕਾਰ ਨੇ। ਇਹ ਭਾਈਚਾਰਾ ਅਸੀਂ ਇਸ ਕਰਕੇ ਇਕੱਠਾ ਕੀਤਾ ਵੀ ਸਾਡਾ ਭਾਈਚਾਰਾ ਬਣਿਆ ਰਹੇ, ਅਸੀਂ ਸ਼ਾਂਤੀ ਅਮਨ ਚਾਹੁੰਦੇ ਹਾਂ, ਕੋਈ ਅਲੱਗ ਨਹੀਂ ਹੋਣਾ ਚਾਹੁੰਦਾ, ਇਕੱਠੇ ਰਹੋ। ਅੱਜ ਹਿੰਦੂ ਸਿੱਖ ਅਤੇ ਮੁਸਲਿਮ ਸਾਰੇ ਰਲ ਕੇ ਜਿਹੜੀ ਈਦ ਮਨਾਈ ਹੈ, ਕੀ ਸੰਦੇਸ਼ ਜਾਂਦਾ ਤਾਂ? ਅਸੀਂ ਇਹ ਸੰਦੇਸ਼ ਇਹ ਜਾਂਦਾ ਵੀ ਸਾਰੇ ਮਿਲ ਕੇ ਇਕੱਠੇ ਰਹੋ, ਲੜਾਈ ਕਿਸੇ ਭਾਵਨਾ ਕੋਈ ਹੈ ਨਹੀਂ, ਆਪਣਾ